ਮਾਤਾ ਬੜਿੰਗ ਜੀ ਦਾ ਵੈਲਕਮ ਕਰ ਰਹੀਆਂ ਨੇ। ਸੋ ਮੈਂ ਆਪਣੇ ਦਰਬਾਰਾ ਇੱਕ ਬੇਨਤੀ ਕਰਦਾ ਕਿ ਸਾਹਮਣੇ ਜਿਹੜੇ ਖੜੇ ਆ ਉਹਨਾਂ ਨੂੰ ਬੇਨਤੀ ਹੈ ਕਿ ਜਿੱਥੇ ਜਿੱਥੇ ਸੀਟ ਮਿਲਦੀ ਔਰ ਸਨੀ ਖਿਵਾ ਜੀ, ਚੌਧਰੀ ਮਣੀ ਖਿਵਾ ਜੀ, ਤਮਾਮ ਉਹਨਾਂ ਦੀ ਟੀਮ। ਰਾਤ ਦੇ 9 ਵਜ ਰਹੇ ਪਰ ਬੱਚੇ, ਮਾਵਾਂ, ਬਜ਼ੁਰਗ ਸਾਰੇ ਆਪੋ ਆਪਣੀਆਂ ਕੁਰਸੀਆਂ 'ਤੇ ਬੈਠੇ ਆ ਔਰ ਕਿੰਨਾ ਇਕੱਠ ਔਰ ਕਿੰਨਾ ਭਰਵਾਹ ਭਰ ਹੈ, ਇਹ ਮੈਂ ਸਭ ਦੀ ਧੰਨਵਾਦੀ ਹਾਂ। ਅੱਛਾ, ਸਰਦਾਰ ਬਿਆਨ ਸਿੰਘ ਦਾ ਬੀਜੇਪੀ 'ਚ ਵੀ ਜ਼ਿਕਰ ਹੋ ਰਿਹਾ ਔਰ ਕਾਂਗਰਸ 'ਚ ਵੀ ਜ਼ਿਕਰ ਹੋ ਰਿਹਾ। ਦੇਖੋ, ਇਹ ਤਾਂ ਉਹਨਾਂ ਦੇ ਪੋਤੇ ਨੂੰ ਸੋਚਣਾ ਚਾਹੀਦਾ ਸੀ, ਇਹ ਤਾਂ ਮੇਰੇ ਵੱਡੇ ਵੀਰ ਨੂੰ ਵੀ ਸੋਚਣਾ ਚਾਹੀਦਾ ਸੀ। ਇਹ ਉਹਨਾਂ ਦੀ ਜ਼ਿੰਮੇਵਾਰੀ ਸੀ ਕਿ ਉਹਨਾਂ ਦੀ ਪੱਗ ਨੂੰ ਦਾਗ ਨਾ ਲੱਗੇ, ਇਸ ਗੱਲ ਬਾਰੇ ਅਸੀਂ ਕੀ ਕਹਿ ਸਕਦੇ ਹਾਂ। ਅੱਛਾ, ਜਿੱਦਾਂ ਬਿੱਟੂ ਜੀ ਦਾ ਬਿਆਨ ਆਇਆ ਵੀ ਬਾਹਰੋਂ ਆਏ ਨੇ, ਗਿੱਦੜਵਾਹ ਤੋਂ ਆਏ ਨੇ, ਵੀ ਉਹਨਾਂ ਨੂੰ ਲੁਧਿਆਣੇ ਦੀ ਗਲੀਆਂ ਦਾ ਨਹੀਂ ਪਤਾ, ਮੱਲਿਆਂ ਦਾ ਨਹੀਂ ਪਤਾ, ਕੀ ਕਹਿਣਾ ਚਾਹੋਗੇ ਜਿਹੜੇ ਵਿਰੋਧੀ? ਮੈਂ ਬਿੱਟੂ ਵੀਰ ਨੂੰ ਇਹ ਕਹਿਣਾ ਚਾਹੁੰਦੀ ਹਾਂ, ਅਸੀਂ ਕੋਈ ਅਮਰੀਕਾ ਤੋਂ ਨਹੀਂ ਆਏ, ਪੰਜਾਬ ਛੋਟਾ ਜਿਹਾ ਹੈ, ਪੰਜਾਬ ਦੀ ਧਰਤੀ 'ਤੇ ਜੰਮੇ, ਇੱਥੇ ਹੀ ਵੱਡੇ ਹੋਏ ਹੈ, ਇੱਥੇ ਹੀ ਰਹਿੰਦੇ ਰਹੇ ਹੈ। ਰਾਜਾ ਜੀ ਸਮੁੱਚੀ ਕਾਂਗਰਸ ਪਾਰਟੀ ਦੇ ਪ੍ਰਧਾਨ ਹੈ, ਬਾਹਰਲੇ ਕਿਵੇਂ ਹੋ ਗਏ ਬਿੱਟੂ ਵੀਰ? ਮੈਨੂੰ ਤਾਂ ਸਮਝ ਨਹੀਂ ਆਉਂਦਾ ਕੀ ਗੱਲ ਕਰ ਰਹੇ ਹੋ। ਅਤੇ ਅੱਛਾ, ਤੁਸੀਂ ਕਹਿ ਰਹੇ ਵੀ ਲੋਕਾਂ ਦੇ ਵੋਟੇ ਵੀ ਲਵਾ ਦਾਂਗੇ, ਜਿਹੜੇ ਹਜ਼ਾਰ ਵੀ ਵਾਅਦਾ ਹੈ ਉਹ ਸਰਕਾਰ ਨੇ ਪੂਰਾ ਨਹੀਂ ਕੀਤਾ, ਤੇ ਤੁਹਾਡੀ ਸਰਕਾਰ ਦਾ ਟਾਈਮ ਕਿਹੜੇ ਵਾਅਦੇ ਹੋਣਗੇ? ਕਾਂਗਰਸ ਪਾਰਟੀ ਨੇ ਮੈਨੀਫੈਸਟੋ ਰਿਲੀਜ਼ ਕੀਤਾ ਹੈ ਜਿਹਦੇ ਵਿੱਚ ਵੱਖੋ ਵੱਖਰੇ ਪ੍ਰਕਾਰ ਸਰਕਾਰਾਂ ਦਾ ਕੰਮ ਹੁੰਦਾ ਹੈ, ਨੌਜਵਾਨਾਂ ਨੂੰ ਨੌਕਰੀਆਂ ਦੇਣਾ, ਰੋਜ਼ਗਾਰ ਦੇਣਾ, ਸਰਕਾਰਾਂ ਦਾ ਕੰਮ ਹੁੰਦਾ ਹੈ ਬਜ਼ੁਰਗਾਂ ਦੀ ਸਿਹਤ ਸੁਵਿਧਾ ਦੇਣਾ, ਸਰਕਾਰਾਂ ਦਾ ਕੰਮ ਹੁੰਦਾ ਹੈ ਔਰਤਾਂ ਨੂੰ ਵੱਖੋ ਵੱਖਰੋ ਪ੍ਰਕਾਰ ਦੇ ਸਹਿਯੋਗ ਦੇਣਾ। ਕੋਈ ਲੱਖ ਰੁਪਈਆ ਅਸੀਂ ਦੇਣ ਜਾ ਰਹੇ ਹਾਂ ਜਿਹੜੀਆਂ ਸਾਡੀਆਂ ਲੇਡੀਜ਼ ਘਰ ਨਹੀਂ ਚਲਾ ਸਕਦੀਆਂ, ਜਿਨ੍ਹਾਂ ਕੋਲ ਰੋਜ਼ਗਾਰ ਦਾ ਕੋਈ ਸਾਧਨ ਨਹੀਂ, 25 ਲੱਖ ਰੁਪਈਏ ਤੱਕ ਦੀ ਹੈਲਥ ਇੰਸ਼ੋਰੈਂਸ ਹਰ ਪਰਿਵਾਰ ਨੂੰ ਦੇਣ ਜਾ ਰਹੇ ਹਾਂ, 50% ਰਿਜ਼ਰਵੇਸ਼ਨ ਸਾਰੀਆਂ ਲੇਡੀਜ਼ ਨੂੰ, 50% ਰਿਜ਼ਰਵੇਸ਼ਨ ਸਾਡੀਆਂ ਬੇਟੀਆਂ ਨੂੰ ਹਰ ਦੇਸ਼ ਦੇ ਡਿਪਾਰਟ ਹਰ ਸਰਕਾਰੀ ਮਹਿਕਮੇ ਦੇ ਵਿੱਚ ਪੂਰੇ ਦੇਸ਼ ਭਰ ਦੇ ਵਿੱਚ ਦੇਣ ਜਾ ਰਹੇ ਹਾਂ। ਇਹ ਕੰਮ ਹੁੰਦੇ ਆ ਸਰਕਾਰਾਂ ਦੇ, 1000 ਰੁਪਈਏ ਦਾ ਲਾਲਚ ਦੇ ਕੇ ਕੋਝਾ ਮਜ਼ਾਕ ਕੀਤਾ ਸਾਡੀਆਂ ਭੈਣਾਂ ਦੇ ਨਾਲ। ਤੁਸੀਂ ਪਿੰਡਾਂ ਦੇ ਵਿੱਚ, ਜਗਰਾਵਾਂ ਦੇ ਵਿੱਚ, ਦਾਖਲ ਵਿੱਚ, ਲੁਧਿਆਣੇ ਸ਼ਹਿਰ ਦੇ ਵਿੱਚ ਕਿੱਦਾਂ ਦਾ ਹੰਗਾਰਾ ਮਿਲ ਰਿਹਾ ਅੱਜ? ਠੀਕ ਇਸੇ ਤਰ੍ਹਾਂ ਦਾ ਹੰਗਾਰਾ ਜੋ ਤੁਸੀਂ ਹੁਣੇ ਦੇਖ ਰਹੇ ਹੋ ਮੇਰੇ ਵੀਰ, ਇਹ ਹੰਗਾਰਾ ਪੂਰੇ ਇਲਾਕੇ ਦੇ ਰਾਤ ਦੇ 9 ਵਜ ਰਹੇ ਪਰ ਬੱਚੇ, ਮਾਵਾਂ, ਬਜ਼ੁਰਗ ਸਾਰੇ ਆਪੋ ਆਪਣੀਆਂ ਕੁਰਸੀਆਂ 'ਤੇ ਬੈਠੇ ਆ ਔਰ ਕਿੰਨਾ ਇਕੱਠ ਔਰ ਕਿੰਨਾ ਭਰਵਾਹ ਭਰ ਹੈ, ਇਹ ਮੈਂ ਸਭ ਦੀ ਧੰਨਵਾਦੀ ਹਾਂ। ਅੱਛਾ, ਸਰਦਾਰ ਬਿਆਨ ਸਿੰਘ ਦਾ ਬੀਜੇਪੀ 'ਚ ਵੀ ਜ਼ਿਕਰ ਹੋ ਰਿਹਾ ਔਰ ਕਾਂਗਰਸ 'ਚ ਵੀ ਜ਼ਿਕਰ ਹੋ ਰਿਹਾ? ਦੇਖੋ, ਇਹ ਤਾਂ ਉਹਨਾਂ ਦੇ ਪੋਤੇ ਨੂੰ ਸੋਚਣਾ ਚਾਹੀਦਾ ਸੀ, ਇਹ ਤਾਂ ਮੇਰੇ ਵੱਡੇ ਵੀਰ ਨੂੰ ਵੀ ਸੋਚਣਾ ਚਾਹੀਦਾ ਸੀ। ਇਹ ਉਹਨਾਂ ਦੀ ਜ਼ਿੰਮੇਵਾਰੀ ਸੀ ਕਿ ਉਹਨਾਂ ਦੀ ਪੱਗ ਨੂੰ ਦਾਗ ਨਾ ਲੱਗੇ, ਇਸ ਗੱਲ ਬਾਰੇ ਅਸੀਂ ਕੀ ਕਹਿ ਸਕਦੇ ਹਾਂ। ਅੱਛਾ, ਜਿੱਦਾਂ ਬਿੱਟੂ ਜੀ ਦਾ ਬਿਆਨ ਆਇਆ ਵੀ ਬਾਹਰੋਂ ਆਏ ਨੇ, ਗਿੱਦੜਵਾਹ ਤੋਂ ਆਏ ਨੇ, ਵੀ ਉਹਨਾਂ ਨੂੰ ਲੁਧਿਆਣੇ ਦੀ ਗਲੀਆਂ ਦਾ ਨਹੀਂ ਪਤਾ, ਮੱਲਿਆਂ ਦਾ ਨਹੀਂ ਪਤਾ, ਕੀ ਕਹਿਣਾ ਚਾਹੋਗੇ ਜਿਹੜੇ ਵਿਰੋਧੀ? ਮੈਂ ਬਿੱਟੂ ਵੀਰ ਨੂੰ ਇਹ ਕਹਿਣਾ ਚਾਹੁੰਦੀ ਹਾਂ, ਅਸੀਂ ਕੋਈ ਅਮਰੀਕਾ ਤੋਂ ਨਹੀਂ ਆਏ, ਪੰਜਾਬ ਛੋਟਾ ਜਿਹਾ ਹੈ, ਪੰਜਾਬ ਦੀ ਧਰਤੀ 'ਤੇ ਜੰਮੇ, ਇੱਥੇ ਹੀ ਵੱਡੇ ਹੋਏ ਹੈ, ਇੱਥੇ ਹੀ ਰਹਿੰਦੇ ਰਹੇ ਹੈ। ਰਾਜਾ ਜੀ ਸਮੁੱਚੀ ਕਾਂਗਰਸ ਪਾਰਟੀ ਦੇ ਪ੍ਰਧਾਨ ਹੈ, ਬਾਹਰਲੇ ਕਿਵੇਂ ਹੋ ਗਏ ਬਿੱਟੂ ਵੀਰ? ਮੈਨੂੰ ਤਾਂ ਸਮਝ ਨਹੀਂ ਆਉਂਦਾ ਕੀ ਗੱਲ ਕਰ ਰਹੇ ਹੋ। ਅਤੇ ਅੱਛਾ, ਤੁਸੀਂ ਕਹਿ ਰਹੇ ਵੀ ਲੋਕਾਂ ਦੇ ਵੋਟੇ ਵੀ ਲਵਾ ਦਾਂਗੇ, ਜਿਹੜੇ 1000 ਰੁਪਏ ਵਾਅਦਾ ਹੈ ਉਹ ਸਰਕਾਰ ਨੇ ਪੂਰਾ ਨਹੀਂ ਕੀਤਾ, ਤੇ ਤੁਹਾਡੀ ਸਰਕਾਰ ਦਾ ਟਾਈਮ ਕਿਹੜੇ ਵਾਅਦੇ ਹੋਣਗੇ? ਕਾਂਗਰਸ ਪਾਰਟੀ ਨੇ ਮੈਨੀਫੈਸਟੋ ਰਿਲੀਜ਼ ਕੀਤਾ ਹੈ ਜਿਹਦੇ ਵਿੱਚ ਵੱਖੋ ਵੱਖਰੇ ਪ੍ਰਕਾਰ ਸਰਕਾਰਾਂ ਦਾ ਕੰਮ ਹੁੰਦਾ ਹੈ, ਨੌਜਵਾਨਾਂ ਨੂੰ ਨੌਕਰੀਆਂ ਦੇਣਾ, ਰੋਜ਼ਗਾਰ ਦੇਣਾ, ਸਰਕਾਰਾਂ ਦਾ ਕੰਮ ਹੁੰਦਾ ਹੈ ਬਜ਼ੁਰਗਾਂ ਦੀ ਸਿਹਤ ਸੁਵਿਧਾ ਦੇਣਾ, ਸਰਕਾਰਾਂ ਦਾ ਕੰਮ ਹੁੰਦਾ ਹੈ
ਔਰਤਾਂ ਨੂੰ ਵੱਖੋ ਵੱਖਰੋ ਪ੍ਰਕਾਰ ਦੇ ਸਹਿਯੋਗ ਦੇਣਾ। ਕੋਈ ਲੱਖ ਰੁਪਈਆ ਅਸੀਂ ਦੇਣ ਜਾ ਰਹੇ ਹਾਂ ਜਿਹੜੀਆਂ ਸਾਡੀਆਂ ਲੇਡੀਜ਼ ਘਰ ਨਹੀਂ ਚਲਾ ਸਕਦੀਆਂ, ਜਿਨ੍ਹਾਂ ਕੋਲ ਰੋਜ਼ਗਾਰ ਦਾ ਕੋਈ ਸਾਧਨ ਨਹੀਂ, 25 ਲੱਖ ਰੁਪਈਏ ਤੱਕ ਦੀ ਹੈਲਥ ਇੰਸ਼ੋਰੈਂਸ ਹਰ ਪਰਿਵਾਰ ਨੂੰ ਦੇਣ ਜਾ ਰਹੇ ਹਾਂ, 50% ਰਿਜ਼ਰਵੇਸ਼ਨ ਸਾਰੀਆਂ ਲੇਡੀਜ਼ ਨੂੰ, 50% ਰਿਜ਼ਰਵੇਸ਼ਨ ਸਾਡੀਆਂ ਬੇਟੀਆਂ ਨੂੰ ਹਰ ਦੇਸ਼ ਦੇ ਹਰ ਸਰਕਾਰੀ ਮਹਿਕਮੇ ਦੇ ਵਿੱਚ ਪੂਰੇ ਦੇਸ਼ ਭਰ ਦੇ ਵਿੱਚ ਦੇਣ ਜਾ ਰਹੇ ਹਾਂ। ਇਹ ਕੰਮ ਹੁੰਦੇ ਆ ਸਰਕਾਰਾਂ ਦੇ, 1000 ਰੁਪਈਏ ਦਾ ਲਾਲਚ ਦੇ ਕੇ ਕੋਝਾ ਮਜ਼ਾਕ ਕੀਤਾ ਸਾਡੀਆਂ ਭੈਣਾਂ ਦੇ ਨਾਲ। ਤੁਸੀਂ ਪਿੰਡਾਂ ਦੇ ਵਿੱਚ, ਜਗਰਾਵਾਂ ਦੇ ਵਿੱਚ, ਮੈਂ ਦਾਖਲ ਵਿੱਚ ਲੁਧਿਆਣਾ ਸ਼ਹਿਰ ਦੇ ਵਿੱਚ ਕਿੱਦਾਂ ਦਾ ਹੰਗਾਰਾ ਮਿਲ ਰਿਹਾ ਅੱਜ? ਠੀਕ ਇਸੇ ਤਰ੍ਹਾਂ ਦਾ ਹੰਗਾਰਾ ਜੋ ਤੁਸੀਂ ਹੁਣੇ ਦੇਖ ਰਹੇ ਹੋ ਮੇਰੇ ਵੀਰ, ਇਹ ਹੰਗਾਰਾ ਪੂਰੇ ਇਲਾਕੇ ਦੇ